ਨੇ ਜ਼ਬਰਦਸਤ ਖਵਾਇਆ। ਉਹ ਚਿੜੀ ਜ਼ਿਆਦਾ ਖਾ ਜਾਂਦੀ ਹੈ, ਤੁਸੀਂ ਤੇ ਬਿਲਕੁਲ ਹੀ ਨਹੀਂ ਖਾਦਾ ਖਾਣਾ ਕਸਮ। ਅਸੀਂ ਅਗਰ ਹੁੰਦੇ ਇੰਨੇ ਤਕੜੇ ਮੋਟੇ ਟੱਟੇ ਤਾਂ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮੁ ਅਲੈਕੁਮ ਜੀ, ਗੁੱਡ ਮਾਰਨਿੰਗ, ਕੀ ਹਾਲ ਨੇ? ਸਵੇਰ ਦੇ ਤਕਰੀਬਨ 10 ਵੱਜ ਗਏ ਨੇ, ਮੈਂ ਉੱਠਿਆ ਸੀ ਤਕਰੀਬਨ 8 ਵਜੇ, ਨਹਾ ਧੋ ਕੇ ਰੈਡੀ ਹੋ ਗਿਆ ਫਰੈਸ਼, ਔਰ ਹੁਣ ਹੈ ਜੀ ਘਰ ਦੀ ਵਾਪਸੀ। ਸਾਰਾ ਸਮਾਨ ਜਿਹੜਾ ਹੈਗਾ ਮੈਂ ਪੈਕ ਵਗੈਰਾ ਕਰਕੇ ਫਿਰ ਜਿਹੜਾ ਵਲੌਗ ਸ਼ੁਰੂ ਕੀਤਾ, ਔਰ ਮੈਂ ਹਾਲੇ 10 ਵੱਜ ਕੇ ਨਾਸ਼ਤਾ ਨਹੀਂ ਕੀਤਾ। ਨਾਸ਼ਤਾ ਪਹਿਲੇ ਸਭ ਤੋਂ ਨਾਸ਼ਤਾ ਕਰਨਾ, ਫਿਰ 1-2 ਨਾ ਜ਼ਰੂਰੀ ਕੰਮ ਨੇ ਉਹ ਜਿਹੜਾ ਹੈਗਾ ਨਾ ਕਰਕੇ, ਅਤੇ ਫਿਰ ਜਿਹੜਾ ਹੈਗਾ ਨਾ ਫੌਰਨ ਇਨਸ਼ਾਅੱਲਾ ਘਰ ਵਾਪਸੀ। ਹੈਲਮਟ ਮੈਂ ਇੱਥੇ ਹੀ ਭੁੱਲਿਆ ਜਾ ਰਿਹਾ ਸੀ। ਬਾਕੀ ਮਾਸ਼ਾਅੱਲਾ ਰਾਤ ਕਾਫੀ ਅੱਛੀ ਗੁਜ਼ਰੀ ਹੈ, ਜ਼ਬਰਦਸਤ, ਲੇਕਿਨ ਫੈਮਿਲੀ ਨੂੰ ਮਿਸ ਕਰ ਰਿਹਾ ਸੀ। ਉਹ ਤਾਂ ਤੁਹਾਨੂੰ ਪਤਾ, ਇੱਕ ਮੈਂ ਹਿਸਾਬ ਕਿਤਾਬ ਲਾਇਆ, ਮੈਂ ਅੱਛੀ ਤਰੀਕੇ ਨਾਲ ਹੋ ਕੇ ਆਇਆ ਨਾ ਇਕੱਲਾ ਜਿਹਾ, ਅਤੇ ਯਾਰ ਇਕੱਲੇ ਦਾ ਨਾ ਦਿਲ ਨਹੀਂ ਬੰਦੇ ਦਾ ਲੱਗਦਾ ਬਿਲਕੁਲ ਹੀ। ਇੱਕ ਇੱਥੇ ਕੋਈ ਵਿਹਲੀ ਦੋਸਤ ਨਾਲ ਹੋਵਣ, 1-2 ਨਾ ਮਸਾਂ ਗੱਪਾਂ ਛੱਪਾਂ ਨਾਲ, ਇਕੱਲਾ ਬੰਦਾ ਨਾ ਬੋਰ ਅਜੀਬ ਜਿਹਾ ਜਿਹੜਾ ਹੋ ਜਾਂਦਾ। ਅਤੇ ਮੈਂ ਟੂਰ ਦਾ ਹਿਸਾਬ ਲਾਇਆ, ਟੂਰ 'ਤੇ ਬੰਦਾ ਜਾ ਸਕਦਾ, ਮਸਾਂ ਈਜ਼ੀ ਹੈ, ਕੋਈ ਮੁਸ਼ਕਿਲ ਕੰਮ ਨਹੀਂ ਹੈ, ਲੇਕਿਨ ਇਕੱਲਾ ਨਹੀਂ ਜਾ ਸਕਦਾ ਟੂਰ 'ਤੇ, ਕਿਉਂਕਿ ਇਕੱਲਾ ਬੋਰ ਹੋ ਜਾਵਾਂਗੇ। ਮਸਾਂ ਨਾ ਅਜੀਬ ਜਿਹਾ ਫੀਲ ਹੋ ਰਿਹਾ ਅੱਜ ਵੀ, ਮਸਾਂ ਨਾ ਇਕੱਲਾ ਜਿਹਾ ਅਜੀਬ ਜਿਹਾ। ਅਤੇ ਬਾਕੀ ਇਨਸ਼ਾਅੱਲਾ ਚੱਲਦੇ ਹਾਂ, ਸਭ ਤੋਂ ਪਹਿਲਾਂ ਨਾਸ਼ਤਾ ਕਰਦੇ ਹਾਂ, ਫਿਰ 1-2 ਕੰਮ ਕਰਨੇ ਨੇ, ਉਹ ਵੀ ਤੁਹਾਨੂੰ ਜਿਹੜਾ ਕਹਿਣਗੇ ਚੱਲ ਕੇ ਦੱਸਣਾ ਕੀ ਕੰਮ ਹੈ, ਅਤੇ ਫਿਰ ਇਨਸ਼ਾਅੱਲਾ ਕਰਵਾ। ਬਾਹਰ ਆ ਚੁੱਕਿਆ ਜੀ ਕਾਊਂਟਰ 'ਤੇ, ਬਾਈ ਨੂੰ ਪੈਸੇ ਵਗੈਰਾ ਦੇ ਦਿੱਤੇ ਨੇ। ਮੇਰੀ ਆਦਤ ਤੁਹਾਨੂੰ ਪਤਾ, ਜਿਸ ਹੋਟਲ 'ਤੇ ਰਹੀਏ ਨਾ ਉਹਦੀ ਅਸੀਂ ਪ੍ਰਮੋਸ਼ਨ ਜਿਹੜੀਆਂ ਨਾ ਭਰੀਆਂ ਕਰ ਜਾਂਦੇ ਹਾਂ, ਕਿਉਂਕਿ ਇਹਨਾਂ ਨੇ ਕੋਪਰੇਟ ਵੀ ਅੱਛਾ ਕੀਤਾ। ਉਸ ਤੋਂ ਇਲਾਵਾ ਮਾਸ਼ਾਅੱਲਾ ਕਮਰੇ ਵਗੈਰਾ ਵੀ ਸਸਤੇ ਮਿਲਦੇ ਨੇ। ਮਾਡਲ ਟਾਊਨ ਹੀ ਹੈ ਨਾ ਆਪਣਾ, ਇਹ ਦੇਖੋ ਭਾਈ ਉਹਨਾਂ ਦਾ ਨੰਬਰ ਵਗੈਰਾ, ਅਗਰ ਕਿਸੇ ਨੇ ਆ ਕੇ ਮਤਲਬ ਸਿੰਗਲ ਆਵੇ, ਕੋਈ ਫੈਮਿਲੀ ਨਾਲ ਹੀ ਆਵੇ, ਰਹਿਣਾ ਹੋਵੇ ਨਾ, ਤਾਂ ਰਾਬਤਾ ਕਰ ਸਕਦਾ। ਲਾਸਟ ਕੰਮ ਸੀ ਜੀ, ਦੋਸਤ ਮਿਲਣਾ ਭਾਈ ਵੀ ਨੇ, ਅਤੇ ਦੋਸਤ ਵੀ ਨੇ, ਰੋਟੀ ਪਾਣੀ ਇਹਨਾਂ ਨੇ ਜੀ ਰਜਾ ਕੇ ਖਵਾ ਦਿੱਤੀ। ਮੈਂ ਕਿਹਾ ਤੁਹਾਨੂੰ ਅੱਜ ਨਾ ਤਾਰਫ ਕਰਵਾ ਹੀ ਦਈਏ, ਅਤੇ ਹੁਣ ਜਿਹੜਾ ਹੈਗਾ ਨਾ ਮੇਰੀ ਬਾਈ ਜਾਨ ਤਿਆਰੀ ਆ, ਇਜਾਜ਼ਤ, ਰੋਟੀ ਪਾਣੀ ਮਾਸ਼ਾਅੱਲਾ ਇਹਨਾਂ ਨੇ ਜ਼ਬਰਦਸਤ ਖਵਾਇਆ। ਉਹ ਚਿੜੀ ਜ਼ਿਆਦਾ ਖਾ ਜਾਂਦੀ ਹੈ, ਤੁਸੀਂ ਤੇ ਬਿਲਕੁਲ ਹੀ ਨਹੀਂ ਖਾਦਾ ਖਾਣਾ ਕਸਮ। ਅਸੀਂ ਅਗਰ ਹੁੰਦੇ ਇੰਨੇ ਤਕੜੇ ਮੋਟੇ ਟੱਟੇ ਤਾਂ ਵੈਸੇ ਬਾਈ ਦੇ ਜਿਹੜੇ ਸ਼ੌਕ ਨੇ ਤਾਂ ਨਜ਼ਰ ਆ ਰਹੇ ਹੋਣਗੇ। ਅੱਛਾ ਮੈਂ ਉਹ ਬੜਾ ਵੇਖਿਆ, ਚੱਲਦਾ ਵੀ ਹੈ? ਉਹ ਦੇਖੋ ਨਾ ਪੁਰਾਣੇ ਜ਼ਮਾਨੇ ਦਾ ਜਿਹੜਾ ਹੈਗਾ ਨਾ ਸਪੀਕਰ ਵਗੈਰਾ ਬਣਿਆ ਹੋਇਆ, ਅਤੇ ਭਾਈ ਉਹਨਾਂ ਦਾ ਮਾਸ਼ਾਅੱਲਾ ਡੇਰਾ ਬੜਾ ਜ਼ਬਰਦਸਤ ਹੈ, ਦੇਸੀ ਬਾਈਕ। ਅੱਛਾ ਮੈਂ ਬੈਕ ਜਿਹੜਾ ਹੈਗਾ ਨਾ ਭੁੱਲਿਆ ਜਾ ਰਿਹਾ। ਬਾਈ ਦਾ ਡੇਰਾ ਤੁਹਾਨੂੰ ਥੋੜ੍ਹਾ ਜਿਹਾ ਨਾ ਬਾਹਰੋਂ ਹੀ ਦਿਖਾ ਦਿੰਦਾ। ਔਰ ਅਨਾਰ ਜਿਹੜੇ ਹੈਗੇ ਨਾ, ਅਨਾਰ ਬਾਈ ਨੇ ਮੈਨੂੰ ਦੱਸਿਆ ਸੀ ਕਿ ਤੁਹਾਡੇ ਅਨਾਰ ਹਾਲੇ ਕੱਚੇ ਨੇ, ਛੋਟੇ ਨੇ, ਕੱਚੇ ਵੀ ਨੇ, ਹਾਂ, ਅਤੇ ਅਨਾਰ ਵਗੈਰਾ ਇੱਧਰ। ਅੱਛਾ ਮੇਰੇ ਜਿਹੜੇ ਹੈਗੇ ਨਾ ਉਹ ਲਾਇਓ ਸੀ ਇਹਦੇ ਨਾਲ ਦਾ ਬੂਟਾ, ਕੀ ਸੱਦੇ ਨੇ, ਬੁਗਨ ਵੇਲੀਆ, ਬੁਗਨ ਵੇਲੀਆ, ਇਹਨੂੰ ਨਹੀਂ ਲੱਗੇ ਹਾਲੇ ਤੱਕ ਫੁੱਲ ਵਗੈਰਾ, ਨਹੀਂ ਇਹ ਬਹੁਤ ਲੱਗੇ ਨੇ, ਹੁਣ ਝੜੇ ਨੇ, ਪਿੱਛੇ ਮਾਵਾਂ ਚੱਲੀ। ਅੱਛਾ ਦੁਬਾਰਾ ਫੁੱਟਦਾ ਪਿਆ ਹੁਣ, ਮੈਂ ਵੀ ਲਿਆ ਨਾ, ਦਿਲ ਵਾਲੀ ਸ਼ਕਲ ਬਣੀ ਹੈ, ਮੈਂ ਵੀ ਲਾਏ ਨੇ ਨਾ, ਹੁਣ ਵੇਖਦੇ ਹਾਂ ਕਿੱਥੇ ਪਹੁੰਚਦੇ। ਪਹਿਲੇ ਵਾਲਾ ਬੂਟਾ ਵੈਸੇ ਮੇਰਾ ਸਹੀ ਸੀ ਜਿਹੜਾ ਲੱਗਿਆ ਹੋਇਆ, ਬਿਲਕੁਲ ਸਹੀ ਹੈ, ਇਸ ਬਰਸਾਤ ਤੇ ਲੋਹਾ ਉਹ ਗੱਡਦੇ ਹੋ ਨਾ, ਉਹ ਵੀ ਪੱਤੇ ਗੱਡ ਲੈਂਦੇ, ਆ ਤੇ ਚੱਲੇਗਾ। ਅਨਾਰ ਦੇਖੋ ਮਾਸ਼ਾਅੱਲਾ ਕਿਵੇਂ ਲੱਗੇ ਹੋਇਆ, ਵੈਸੇ ਖਰਾਬ ਹੁੰਦੇ ਪਣ ਮੇਰੇ ਖਿਆਲ ਹੈ। ਪਰਿੰਦੇ ਵਗੈਰਾ ਕਾਫੀ ਸਾਰੇ, ਮੈਂ ਜਲਦੀ ਜਲਦੀ ਨਾ ਤੁਹਾਨੂੰ ਬਸ ਥੋੜਾ ਬਹੁਤ ਦਿਖਾ ਰਿਹਾ, ਫਿਰ ਮੈਂ ਨਾ ਘਰ ਨਿਕਲਣਾ ਕਿਉਂਕਿ ਲੇਟ ਹੋ ਰਹੀ ਆ। ਇਹ ਦੇਖੋ ਜੀ ਮੁਰਗੇ ਵਗੈਰਾ ਸਾਰੇ ਜਿਹੜੇ ਹੈਗੇ ਨਾ ਮੇਰੇ ਵਾਲੇ ਸ਼ੌਕ ਨੇ, ਇਹਦੇ ਨਾਲ ਤਾਂ ਮੈਂ ਲੈ ਗਿਆ ਸੀ ਨਾ, ਜਿਹੜਾ ਮੈਂ ਤੁਹਾਨੂੰ ਇੱਕ ਹੋਰ ਵੀ ਦੱਸ ਦੇਵਾਂ, ਜਿਹੜਾ ਪਿਛਲੀ ਦਫਾ ਲੈ ਗਿਆ ਸੀ ਨਾ ਮੁਰਗਾ ਕੁੱਕੜ ਜਿਹਾ, ਉਹਦੇ ਨਾਲ ਦਾ ਫਿਰਦਾ, ਇੱਕ ਜੋੜਾ ਮੇਰੇ ਕੋਲ ਤੇ ਇੱਕ ਜਿਹੜਾ ਹੈਗਾ ਨਾ ਭਾਈ ਕੋਲ। ਤੋਤੇ ਬੱਚੇ ਦਿੰਦੇ ਪਏ ਨੇ, ਇੱਧਰ ਹੈਗੇ ਮੇਰੇ ਖਿਆਲ ਦੂਸਰੇ ਤੋਤੇ ਨੇ,
ਚਲੋ ਠੀਕ ਹੈ ਚੱਲਦੇ ਹਾਂ। ਬਹੁਤ ਸ਼ੁਕਰੀਆ ਬਾਈ ਜਾਨ ਹੋਰਾਂ ਦਾ, ਜ਼ਬਰਦਸਤ ਖਾਣਾ ਵਗੈਰਾ ਵੀ ਖਿਲਾਇਆ। ਔਰ ਅਸਲ 'ਚ ਮੈਂ ਲੇਟ ਨਹੀਂ ਹੋਣਾ ਸੀ, ਤੁਹਾਨੂੰ ਦੱਸਿਆ ਬਾਰਿਸ਼ ਹੋ ਰਹੀ ਸੀ ਵੈਸੇ ਰਸਤੇ ਵਿੱਚ ਕਾਫੀ ਜ਼ਿਆਦਾ, ਔਰ ਹੁਣ ਨਾ ਹੋਵੇ ਦੁਆ ਕਰਨਾ ਅੱਛੀ ਤਰੀਕੇ ਨਾਲ, ਬਾਰਿਸ਼ ਦਾ ਕੋਈ ਪਤਾ ਨਹੀਂ ਕਿਉਂਕਿ ਬੱਦਲ ਜਿਹੜੇ ਕਿ ਹਾਲੇ ਬਣੇ ਹੋਏ ਨੇ, ਟਾਈਮ ਜਿਹੜਾ ਕਹਿੰਦਾ 5 ਹੋ ਗਏ ਨੇ ਜਾਂ 5 ਤੋਂ ਮੇਰੇ ਖਿਆਲ ਨਾਲ ਤੇ ਮੁਸਤਕਿਲ ਹੁੰਦੀ ਰਹੀ ਹੈ। ਕਿਹੜਾ ਦੁਪਹਿਰ ਤੱਕ 2 ਵਜੇ ਤੱਕ ਤੇ ਹਾਂ ਹੁੰਦੀ ਰਹੀ ਹੈ ਬਾਰਿਸ਼, ਕਾਫੀ ਟਾਈਮ ਹੁੰਦੀ ਰਹੀ ਆ। ਤੇ ਮੈਂ ਫਿਰ ਬੈਠਾ ਰਿਹਾ ਸੀ ਉੱਥੇ ਰਿਪੇਅਰਿੰਗ ਲੇਬ ਵਿੱਚ, ਉੱਥੇ ਮੈਨੂੰ ਕੋਈ ਨਹੀਂ ਪਤਾ ਲੱਗਾ ਅੰਦਰ ਹੈਗਾ ਸੀ। ਰਾਸਤੇ 'ਚ ਕਿਤੇ ਮਿਲੇਗੀ ਬਾਰਿਸ਼, ਚਲੋ ਅੱਲਾ ਖੈਰ ਕਰੇਗਾ। ਉਹ ਮੇਰੇ ਖਿਆਲ ਪਪੀਤਾ ਲੱਗਾ ਹੋਇਆ ਕੀ ਸਰ? ਪਪੀਤਾ, ਇਹ ਦੇਖੋ ਤੁਹਾਨੂੰ ਆਖਰੀ ਬੂਟਾ ਵੀ ਦਿਖਾ ਦੇਵਾਂ। ਆਹ ਫਲ ਲੱਗ ਗਿਆ। ਚਲੋ ਮਾਸ਼ਾਅੱਲਾ ਜੀ, ਫਿਰ ਇਨਸ਼ਾਅੱਲਾ ਤੁਹਾਡੇ ਨਾਲ ਹੁੰਦੀ ਹੈ ਜੀ ਮੁਲਾਕਾਤ। ਮੈਂ ਨਾ ਰਸਤੇ ਦੇ ਵਿੱਚ ਤੇ ਬਾਈ ਹੋਰ ਦੁਆ ਸਲਾਮ ਜਿਹੜਾ ਹੈਗਾ ਨਾ ਲੈਂਦੇ ਹਾਂ, ਤੇ ਫਿਰ ਨਾ ਜਲਦੀ ਜਲਦੀ ਨਿਕਲਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਪਹਿਲੇ ਵੇਰ ਹੈ, ਸੂਰਜ ਗਰੂਬ ਹੋਣ ਵਾਲਾ ਹੈ। ਮੇਰਾ ਸਫ਼ਰ 3 ਘੰਟੇ ਦਾ ਇੱਥੋਂ ਹੈਗਾ ਤਕਰੀਬਨ, ਹਾਲੇ ਮੈਂ ਨਾ ਲਾਹੌਰ ਦੇ ਵਿੱਚ ਹੀ ਖੜਾ ਹੈਗਾ। ਔਰ ਇਹ ਕਸਰਤ ਰਹਿ ਗਈ ਆ, ਮੈਟਰੋ ਟ੍ਰੇਨ ਤੇ ਝੂਟਾ ਨਹੀਂ ਲਿਆ। ਇਤਨੀ ਵਾਰੀ ਆਇਆ ਮੈਟਰੋ ਟ੍ਰੇਨ ਦੀ ਜਿਹੜੀ ਹੈ ਨਾ ਜਾ ਰਹੀ ਆ, ਉਹ ਕਿਸੇ ਦਿਨ ਪੁੱਲ ਦੀ। ਔਰ ਮੈਂ ਇਸ ਵਕਤ ਜੀ ਬਿਲਕੁਲ ਸੈਂਟਰਲ 'ਚ ਲਾਹੌਰ ਦੇ ਵਿੱਚ ਜਿਹੜਾ ਹੈਗਾ ਨਾ ਖੜਾ, ਔਰ ਸਿੱਧਾ ਜਿਹੜਾ ਹੈਗਾ ਨਾ ਸਾਹੀਵਾਲ। ਟਾਈਮ ਤਕਰੀਬਨ 8 ਵੱਜ ਗਏ ਨੇ ਜੀ, ਹੁਣ ਜਾ ਕੇ ਸਾਹ ਕੱਢਿਆ ਮੈਂ ਉੱਥੋਂ ਦਾ, ਇੱਕ ਸਪੀਡ ਜਾ ਕੇ ਲੈਂਦਾ। ਔਰ ਇੱਥੇ ਨਾ ਪੈਟਰੋਲ ਖਤਮ ਹੋ ਗਿਆ ਸੀ, ਮੈਂ ਪੈਟਰੋਲ ਪਵਾ ਲੈਂਦੇ ਹਾਂ। ਔਰ ਅਲਹਮਦੁਲਿਲਾ ਜੀ ਅਸੀਂ ਇਸ ਵਕਤ, ਮੈਂ ਅਸੀਂ ਕਹਿ ਰਿਹਾ ਮੈਂ ਇਕੱਲਾ ਹੈਗਾ ਯਾਰ, ਮੈਂ ਇਕੱਲਾ ਜਿਹੜਾ ਨਾ ਇਸ ਵਾਰ ਸਾਹੀਵਾਲ ਅਲਹਮਦੁਲਿਲਾ ਤਕਰੀਬਨ ਨਾ ਪਹੁੰਚ ਗਿਆ। ਇੱਥੋਂ ਸਾਹੀਵਾਲ ਨਾ 10 ਕਿਲੋਮੀਟਰ ਰਹਿ ਗਿਆ, ਉਗਾੜਾ ਕ੍ਰਾਸ ਕਰ ਲਿਆ ਅਤੇ ਮੋਟਰਸਾਈਕਲ ਨੂੰ ਸਟਾਰਟ ਹੀ ਛੱਲਿਆ ਮੈਂ, ਗਰਮ ਬਹੁਤ ਜ਼ਿਆਦਾ ਹੋ ਗਈ ਸੀ, ਪੈਟਰੋਲ ਜਿਹੜਾ ਹੈਗਾ ਨਾ 0 'ਤੇ ਆ ਗਿਆ ਪੈਟਰੋਲ, ਮੈਂ ਕਿਹਾ ਇੱਥੋਂ ਨਾ ਪਵਾ ਲੈਂਦੇ ਹਾਂ। ਘਰ ਮੈਂ ਪਹੁੰਚਿਆ ਜੀ ਅਲਹਮਦੁਲਿਲਾ, ਔਰ ਰਸਤੇ ਵਿੱਚ ਨਾ ਬਿਲਕੁਲ ਘਰ ਦੇ ਨਜ਼ਦੀਕ ਹੀ ਨਾ ਇੱਥੇ ਨਾ ਬੜਾ ਹੈਵੀ ਕਿਸਮ ਦਾ ਨਾ ਐਕਸੀਡੈਂਟ ਹੋਇਆ ਪਿਆ, ਗੱਡੀਆਂ ਵਗੈਰਾ ਆਈਆਂ ਨੇ, ਅੱਲਾ ਮਾਫ਼ ਕਰੇ। ਅਸਲਾਮੁ ਅਲੈਕੁਮ, ਵੈਲਕਮ ਬੈਕ ਹੋ ਗਿਆ ਜੀ, ਕੀ ਹਾਲ ਚਾਲ ਨੇ ਫਿਰ? ਠੀਕ ਹੋ? ਆਹਦੀ ਕੀ ਲਾਈ ਫਿਰਦਾ? ਸੁਰਖੀ ਲਾਈ ਫਿਰਦਾ। ਅਲਹਮਦੁਲਿਲਾ ਜੀ ਖੈਰ ਖੈਰੀਅਤ ਨਾਲ ਪਹੁੰਚਿਆ। ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ, ਮੈਂ ਖੋਲ੍ਹ ਕੇ ਆਇਆ ਸੀ, ਮੈਂ ਕਿਹਾ ਇੱਧਰੋਂ ਹਵਾ ਵਗੈਰਾ ਜਿਹੜਾ ਹੈਗਾ ਆਵੇਗੀ ਤਾਜ਼ੀ ਤਾਜ਼ੀ। ਔਰ ਰਸਤੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ, ਮੈਂ ਤਾਂ ਟਾਈਮ ਨਾਲ ਆ ਜਾਣੀ ਸੀ, ਮੈਨੂੰ ਤਕਰੀਬਨ ਉੱਥੇ ਅੱਧਾ ਘੰਟਾ ਮੇਰਾ ਨਾ ਆਰਾਮ ਸਕੂਨ ਉੱਥੇ ਲੱਗ ਗਿਆ, ਟ੍ਰੈਫਿਕ ਵਗੈਰਾ ਕਾਫੀ ਜ਼ਿਆਦਾ ਜਾਮ ਸੀ। ਇਹ ਸ਼ੁਕਰ ਹੈ ਕਿ ਮੋਟਰਸਾਈਕਲਾਂ ਦਾ ਰਸਤਾ ਮਾੜਾ ਮੋਟਾ ਸੀ ਨਿਕਲ ਆਇਆ, ਲੇਕਿਨ ਦੂਸਰੀ ਜੇ ਟ੍ਰੈਫਿਕ ਹੈ ਨਾ, ਮੈਨੂੰ ਲੱਗਦਾ 2-3 ਘੰਟੇ ਗੱਡੀਆਂ ਨਾਲ ਫਸੀਆਂ ਰਹਿਣਗੀਆਂ, ਬਹੁਤ ਮੁਸ਼ਕਿਲ। ਔਰ ਅਲਹਮਦੁਲਿਲਾ ਇਹ ਸ਼ੁਕਰ ਹੈ ਕਿ ਬਹੁਤ ਵੱਡਾ ਹਾਦਸਾ ਹੋਣ ਤੋਂ ਜਿਹੜਾ ਹੈਗਾ ਨਾ ਬਚ ਗਿਆ। 2 ਉਹ ਵੀ ਆਇਲ ਟੈਂਕਰ ਹੈਗੇ ਸੀ, ਪੈਟਰੋਲ ਵਾਲੇ, ਮਸਾਂ ਟੈਂਕਰ ਨਹੀਂ ਹੁੰਦੇ ਵੱਡੇ, ਉਹ ਵਾਲੇ ਸਮਝ ਲਓ ਕਿ ਜਿਹੜਾ ਹੈਗਾ ਨਾ ਆਪਸ ਵਿੱਚ ਟਕਰਾਏ ਨੇ। ਇਹ ਸ਼ੁਕਰ ਹੈ ਕਿ ਆਇਲ ਟੈਂਕਰਾਂ ਨੂੰ ਅੱਗ ਨਹੀਂ ਲੱਗੀ ਹੈ, ਉਹਨਾਂ ਕੋਲ ਮਸਲਾ ਨਹੀਂ ਬਣਿਆ। ਹਾਂ ਨਹੀਂ, ਇੱਕ ਮਸਲਾ ਹੈ ਕਿ ਉਹਨਾਂ ਨੂੰ ਚਾ ਕੇ ਗੱਡੀ 'ਚ ਪਤਾ ਨਹੀਂ, ਮੈਂ ਪੁੱਛਿਆ ਦੱਸਿਆ ਕੋਈ ਨਹੀਂ ਐਡਾ, ਅਤੇ ਲੇਕਿਨ ਇਹ ਕਿ ਸ਼ੁਕਰ ਹੈ ਕਿ ਆਇਲ ਟੈਂਕਰ ਸੀ, ਅਗਰ ਖੁਦਾ ਨਾ ਖਾਸਤਾ ਆਇਲ ਟੈਂਕਰਾਂ ਨੂੰ ਅੱਗ ਵਗੈਰਾ ਲੱਗ ਜਾਂਦੀ, ਅੱਲਾ ਨਾ ਕਰੇ, ਅਤੇ ਟ੍ਰੈਫਿਕ ਵਗੈਰਾ ਮਸਲ ਆਉਂਦੀ ਜਾਂਦੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ, ਅਤੇ ਅੱਲਾ ਕੀਤਾ ਖੈਰ ਖੈਰੀਅਤ ਨਾਲ ਬੱਚਤ ਹੋ ਗਈ, ਜ਼ਿਆਦਾ ਨੁਕਸਾਨ ਮਸਲ ਨਹੀਂ ਹੋਇਆ, ਅਤੇ ਅੱਲਾ ਸ਼ੁਕਰ ਹੈ ਕਿ ਮੈਂ ਵੀ ਖੈਰ ਖੈਰੀਅਤ ਨਾਲ ਘਰ ਪਹੁੰਚ ਰਿਹਾ। ਅਤੇ ਬਾਕੀ ਹਾਂ ਕੀ ਗੱਲ ਹੈ, ਬਾਕੀ ਰੋਟੀ ਵਗੈਰਾ ਪਕਾਈਏ ਕਿ ਕੋਈ?
ਨਹੀਂ ਬਸ ਥੋੜਾ ਬਹੁਤ ਜਿਹੜਾ ਹੈਗਾ ਨਾ ਖਾਵਾਂ ਪੀਵਾਂਗਾ, ਕਿਉਂਕਿ ਰੋਟੀ ਪਾਣੀ ਤੁਹਾਨੂੰ ਵੇਖਿਆ ਸੀ ਬਾਈ ਨੇ ਰੋਟੀ ਪਾਣੀ ਅਲਹਮਦੁਲਿਲਾ ਖਵਾ ਦਿੱਤਾ ਸੀ। ਅਸਲ 'ਚ ਸੁਬਹ ਸੁਬਹ ਮੈਂ ਨਿਕਲਿਆ ਸੀ ਨਾ ਤਕਰੀਬਨ 10 ਵਜੇ, 10 ਵਜੇ ਮੈਂ ਮਾੜਾ ਜਿਹੜਾ ਹੈਗਾ ਨਾ ਸਮਝ ਲਓ ਕਿ ਪੀਤਾ ਸੀ ਆੜੂਆਂ ਦਾ ਜੂਸ ਵਗੈਰਾ, ਅਤੇ ਉਹ ਨਾਸ਼ਤਾ ਪਾਣੀ ਕੀਤਾ ਹੋਇਆ ਸੀ ਅਤੇ ਦੁਪਹਿਰ ਦੀ ਰੋਟੀ ਜਾ ਕੇ ਉੱਥੇ ਖਾਈ ਆ, ਸਹੀ ਨਾਸ਼ਤਾ ਪਾਣੀ ਕਰ ਲਿਆ, ਉਸ ਤੋਂ ਬਾਅਦ ਜਿਹੜਾ ਹੈਗਾ ਨਾ ਫੌਰਨ ਨਿਕਲਿਆ। ਕਾਫੀ ਜ਼ਿਆਦਾ ਮੈਂ ਸਪੀਡ 'ਚ ਮੋਟਰਸਾਈਕਲ ਪਜਾਈ ਆ ਤਾਂ ਮੇਰਾ ਟਾਈਮ ਤਾਂ ਪਹੁੰਚ ਗਿਆ, ਟਾਈਮ ਤਕਰੀਬਨ 9 ਵੱਜ ਗਏ ਨੇ ਔਰ ਤਕਰੀਬਨ 3 ਘੰਟੇ ਦੇ ਵਿੱਚ ਨਾ ਇੱਥੇ ਮੈਂ ਤੋੜ ਘਰ ਪਹੁੰਚ ਗਿਆ। ਅਤੇ ਇੰਨਾ ਮਸਲ ਸਪੀਡ ਨਾਲ ਮੋਟਰਸਾਈਕਲ ਨਹੀਂ ਵਜਾਇਆ ਮੈਂ, ਕੋਈ 60-70-80 ਦੀ ਸਪੀਡ ਹੈ ਜਿਹੜਾ ਹੈਗਾ ਨਾ। ਹਾਂ ਇਹ ਕੀ ਆਉਂਦਾ ਹੈ, ਬੱਚੇ ਕੁਛ ਸੋ ਰਹੇ ਨੇ ਅਤੇ ਕੁਛ ਜਾਗਦੇ ਨੇ, ਇਹਨੂੰ ਨਾ ਸ਼ਾਇਦ ਦਿੰਦੇ ਹਾਂ। ਮੈਂ ਹਾਲੇ ਘੰਟਾ ਪਹਿਲੇ ਆ ਜਾਣਾ, ਹਾਂ 8 ਵਜੇ ਪਹੁੰਚਣਾ ਸੀ। ਮੈਂ ਸਾਈਵਾਲ ਚ ਸੇਬ ਲੈ ਨੇ, ਉਹ ਵੇਖ ਹਾਲ ਪਾਈ ਖੜੇ ਤੋਤੇ ਪਤਾ ਲੱਗ ਗਿਆ ਵੀ ਸਾਡੇ ਘਰ ਤੋਂ ਖਾਣ ਪੀਣ ਕਰ ਲੈ ਗਿਆ। ਆ ਆ ਆ ਵੀ ਆ ਗਈ ਆ ਵੀ ਆ ਸੇਬ ਲੈ ਆਂ ਦਿਨ ਬਸ। ਪਰ ਜੇ ਕੋਈ ਤੂੰ ਬਾਹਰ ਜਾਣਾ ਤਾਂ ਵਾਪਸੀ ਹੁੰਦਾ ਨੇ, ਖਾਸ ਤੌਰ ਇੰਤਜ਼ਾਰ ਖਾਣ ਪੀਣ ਦਾ ਹੁੰਦਾ ਹੈ ਬਸ। ਇਹ ਵੀ ਮੈਂ ਨਾ ਹਾਲੇ ਮੈਂ ਆੜੂ ਵਗੈਰਾ ਵੀ ਲਊ ਸੀ ਲੇਕਿਨ ਐਮਰਜੈਂਸੀ ਲੈ ਲਏ ਮੈਂ, ਕਿਉਂਕਿ ਮੈਂ ਲੇਟ ਹੋ ਰਹੀ ਸੀ, ਮੈਂ 4 ਸੀ ਕਿ ਜਲਦੀ ਜਿਹੜਾ ਹੈਗਾ ਨਾ ਘਰ ਪਹੁੰਚ ਜਾ। ਤੋਤੇ ਵੇਖੋ ਹਾਲ, ਮੋਟੂ ਪਤਲੂ ਕਿਵੇਂ ਪਾਈ ਕਰਨ, ਉਹਨਾਂ ਨੂੰ ਦਿਓ ਇੱਕ ਸੇਬ ਪਾਈਏ, ਮੈਂ ਦੇ ਮੋਟੂ ਪਤਲੂ ਨੂੰ ਪਾਈਏ, ਲਿਆ ਤੋਤਿਆਂ ਨੂੰ ਖਵਾਈਏ, ਵੇਖ ਸੋਚੀ ਲਾਈ ਖੜ ਲੈ ਬੈਗ ਪੁੱਤਰ ਕੱਢ ਦਿਓ ਮੈਨੂੰ ਇੱਕ ਹੋਰ ਸੇਬ ਤਾਂ ਦੇ, ਕਿਤੇ ਜਾਊਂ ਮੈਂ ਪਾ ਦਿੰਦਾ। ਹਾਂ ਬਈ ਅਸਲਾਮ ਵਾਲੇਕੁਮ, ਹੈਲੋ ਆ ਜਾਓ ਲੈ ਤੁਸੀਂ ਵੀ ਹਾਲ ਲਪਾਈ ਖੜੋ। ਇਹਨਾਂ ਨੂੰ ਇੰਤਜ਼ਾਰ ਸੀ ਵੀ ਸਾਡੇ ਵਾਸਤੇ ਕੁਛ ਖਾਣ ਪੀਣ ਨੂੰ ਲੈ ਕੇ ਆਵੇ, ਉਹ ਲੜਦੇ ਵੇ ਲੜਦੇ ਵੇਖ ਆਪਸ ਵਿੱਚ ਲੜਦੇ ਵੇ ਦੇ ਓਕੇ, ਇੱਕ ਕਹਿ ਰਿਹਾ ਇੱਕ ਸੇਬ ਇੱਕ ਮੇਰਾ ਇੱਕ ਤੇਰਾ, ਇਹ ਹੁਣ ਆਪਸ ਵਿੱਚ ਹੀ ਲੜੀ ਜਾਂਦੇ ਲੇਕਿਨ ਖਾ ਲੈਂਦੇ ਨੇ ਹੁਣ ਆ ਰਹੇ ਥੱਲੇ। ਹਾਂ ਆ ਐਕਸਪੀਰੀਅੰਸ ਕਾਫੀ ਵਧੀਆ ਕਿਸਮ ਦਾ ਰਿਹਾ, ਜ਼ਬਰਦਸਤ। ਇੱਦੂ ਜਾਣ ਲੱਗਿਆ ਤਾਂ ਮੈਂ ਥੋੜ੍ਹਾ ਬਹੁਤ ਨਾ ਥੱਕ ਗਿਆ ਸੀ, ਲੇਕਿਨ ਉੱਧਰੋਂ ਆਉਣ ਲੱਗਿਆ ਇੱਕ ਤਾਂ ਮੈਂ ਜਲਦੀ ਪਹੁੰਚ ਆਇਆ, ਇੱਧਰੋਂ ਜਾਣ ਲੱਗਿਆ 4.5 ਘੰਟੇ 'ਚ ਪਹੁੰਚਿਆ ਸੀ, ਉੱਧਰੋਂ ਆਉਣ ਲੱਗਿਆ 3 ਘੰਟੇ 'ਚ ਪਹੁੰਚਿਆ। ਆ 3 ਘੰਟੇ 'ਚ ਤੁਸੀਂ ਸਮਝ ਲਓ ਕਿ 2.5 ਘੰਟੇ 'ਚ ਪਹੁੰਚਿਆ, ਅੱਧਾ ਘੰਟਾ ਪੌਣਾ ਘੰਟਾ ਮੈਂ ਰਸਤੇ ਵਿੱਚ ਖਰਾਬ ਹੋ ਗਿਆ, ਅਤੇ ਤਕਰੀਬਨ ਉੱਧਰੋਂ ਮੈਂ ਵਾਪਸ ਆਇਆ ਨਾ ਐਡੀ ਥਕਾਵਟ ਨਹੀਂ ਹੋਈ। ਹਾਂ ਈਜ਼ੀ ਆਰਾਮ ਨਾਲ ਜਿਹੜਾ ਹੈਗਾ ਨਾ ਪਹੁੰਚਿਆ। ਅਤੇ ਹੁਣ ਅਗਲਾ ਤਜਰਬਾ ਜਿਹੜਾ ਹੈਗਾ ਨਾ ਕਰਨਾ ਡਾਇਰੈਕਟ ਨਾਰਾਨਕਗਾਨ ਬਾਬੂ ਸਰ ਟੋਪ ਚੈਨਾ ਬਾਰਡਰ ਤੱਕ ਅਗਾਂਹ ਜਾਵਾਂਗੇ, ਅਗਾਂਹ ਜਿੱਤਣਾ ਜਾ ਸਕਿਆ ਚੈਨਾ ਟੱਪ ਜਾਵਾਂਗੇ। ਚਾਇਨਾ ਤਾਂ ਨਹੀਂ ਜਾਵਣ ਦੇ ਲਿਖ ਰਹੇ ਆ, ਜਾਕਾ ਜਿਹੜਾ ਹੈਗਾ ਨਾ ਕਾਫੀ ਜ਼ਿਆਦਾ ਮੇਰਾ ਉਤਰ ਗਿਆ। ਪਹਿਲੀ ਫਸਟ ਟਾਈਮ ਜਿਹੜਾ ਹੈਗਾ ਨਾ ਸਮਝੋ ਕਿ ਇੱਕ ਵੱਡੀ ਸਾਰੀ ਸਿਟੀ ਆ ਲਾਹੌਰ, ਉਹਦੇ ਵਿੱਚ ਮੋਟਰਸਾਈਕਲ ਵਗੈਰਾ ਚੱਲ, ਲੇਕਿਨ ਇੱਕ ਮੈਨੂੰ ਰਸਤਿਆਂ ਦਾ ਪਤਾ ਨਹੀਂ ਸੀ ਅਤੇ ਯੂਜ਼ ਕੀਤਾ ਕਿਸੇ ਦੇ ਰਸਤੇ, ਤੁਸੀਂ ਵੇਖੇ ਹੁਣ ਮੈਪ ਲਾ ਕੇ ਨਾ ਅਤੇ ਜਿੱਧਰ ਮਰਜ਼ੀ, ਹਾਂ ਜਿੱਧਰ ਮਰਜ਼ੀ ਮੈਂ ਕਾਫੀ ਜਗ੍ਹਾ ਟੁਰਿਆ ਫਿਰਿਆ ਅਤੇ ਮੈਪ ਦੇ ਜ਼ਰੀਏ ਮੈਂ ਸਾਰੀ ਜਗ੍ਹਾ 'ਤੇ ਹੋਇਆ ਹਾਂ। ਟੈਨਸ਼ਨ ਕੋਈ ਕਿਸੇ ਪਾਸੇ ਕੋਈ ਪਰੇਸ਼ਾਨੀ ਨਹੀਂ ਬਣੀ, ਨਾ ਕਿਸੇ ਕੋ ਵਾਰਡਾਂ ਨਾਲ ਡੱਕਿਆ, ਨਾ ਪੁਲਿਸ ਵਾਲੇ ਡੱਕਿਆ, ਕਿਸੇ ਵੀ ਨਹੀਂ ਡੱਕਿਆ। ਬੇਗਮ ਸਾਹਿਬਾਂ ਖਾਣਾ ਗਰਮ ਕਰਦੀ ਸੀ ਔਰ ਮੈਂ ਮੋਟਰਸਾਈਕਲ ਨੂੰ ਨਿਗਾਹ ਮਾਰ ਰਿਹਾ ਸੀ, ਮੈਂ ਕਿਹਾ ਆਇਲ ਵਗੈਰਾ ਲੀਕੇਜ ਵਗੈਰਾ ਤਾਂ ਨਹੀਂ ਹੋ ਰਿਹਾ, ਆਇਲ ਜਿਹੜਾ ਹੈਗਾ ਨਾ ਥੋੜ੍ਹੇ ਬਹੁਤੇ ਆਇਲ ਦੇ ਨਾ ਚੋਵੇ ਡਿੱਗੇ ਨੇ, ਉਹ ਦੇਖੋ ਥੋੜ੍ਹੇ ਜਿਹੇ, ਉਹ ਵੀ ਇਸ ਜਗ੍ਹਾ ਤੋਂ ਨਾ ਗਰਮ ਹੋ ਕੇ ਨਾ ਆਇਲ ਥੱਲੇ ਆਇਆ, ਬਾਕੀ ਇਹਨੂੰ ਸੁਬਹ ਨਾ ਨਵਾਵਾਂਗੇ। ਬਾਰਿਸ਼ਾਂ ਜਿਹੜੀਆਂ ਨਾ ਬਾਰਿਸ਼ਾਂ ਲਾਹੌਰ ਦੇ ਵਿੱਚ ਬਾਈ ਸਾਹਿਬ ਵਾਕਿਆ ਬਹੁਤ ਬਾਰਿਸ਼ਾਂ ਸੀ ਕਾਫੀ ਜ਼ਿਆਦਾ, ਜ਼ਿਆਦਾਤਰ ਮੈਂ ਨਾ ਟਾਈਮ ਨਾ ਆ ਜਾਣਾ ਹਾਂ ਉੱਥੇ ਨਾ ਬਾਰਿਸ਼ ਹੁੰਦੀ ਰਹੀ ਹੈ, ਤਕਰੀਬਨ 2 ਘੰਟੇ ਮੈਂ ਖੜ੍ਹਾ ਰਿਹਾ ਬਾਰਿਸ਼ ਹੀ ਵਜਾਂ ਤੋਂ, ਫਿਰ ਜਿਹੜੇ ਦੁਕਾਨ 'ਤੇ ਗਿਆ ਸੀ ਉਹ ਸਮਝ ਲਓ ਕਿ ਉਹ ਵੀ 2 ਘੰਟੇ 28 ਘੰਟੇ ਬਾਰਿਸ਼ ਦੀ ਵਜ੍ਹਾ ਤੋਂ ਲੇਟ ਆਏ, ਅਤੇ ਨਹੀਂ ਤਾਂ ਮੈਂ ਤਾਂ ਇੱਥੇ 4-5 ਵਜੇ ਪਹੁੰਚ ਜਾਣਾ ਸੀ ਆਰਾਮ ਸਕੂਨ ਨਾਲ। ਉਧਰ ਬਹੁਤ ਬਾਰਿਸ਼ ਹੈ, ਇੱਧਰੋਂ ਜਾਣ ਲੱਗੇ ਮੈਂ ਭਿੱਜ ਕੇ ਗਿਆ ਸਾਈਵਾਲ ਤੋਂ, ਅੱਗੇ ਬਾਰਿਸ਼ ਹੀ ਬਾਰਿਸ਼ ਆਈ।
ਨਹੀਂ ਨਹੀਂ ਬੜੀ ਤੋੜ ਤੱਕ ਠੰਡ ਸੀ, ਕੋਈ ਗਰਮੀ ਨਹੀਂ ਸੀ ਸਰੀ ਸਾਰੀ। ਸਾਲਣ ਕੀ ਸ਼ਾਇਦ? ਅੱਛਾ ਸਾਲਣ ਮੇਰੇ ਖਿਆਲ ਹੈ ਮੁਰਗਾ ਹੀ ਆ। ਦੇਸੀ ਘਿਓ ਚ ਪਕਾਇਆ ਕਿਵੇਂ ਪਕਾਇਆ? ਮੈਂ ਥੋੜਾ ਜਿਹਾ ਬਣਾਇਆ ਸੀ ਆਲੂ ਪਾ ਕੇ, ਮੈਂ ਸ਼ਾਇਦ ਆਲੂ ਤੇ ਗੋਸ਼ਤ, ਆਲੂ ਗੋਸ਼ਤ ਬਣਾਇਆ ਸੀ, ਮੈਂ ਬਾਕੀ ਦਾ ਰੱਖ ਦਿੱਤਾ ਸੀ ਐਵੇਂ ਸਿਰਫ ਦੋ ਤਿੰਨ। ਇਤਨੀ ਜਲਦੀ ਉਹ ਗਰਮ ਨਹੀਂ ਕਰਨਾ, ਹਾਲੇ ਮੂੰਹ ਹੱਥ ਮੈਂ ਧੋਣਾ ਨਾ। ਚਲੋ ਦੋ ਵਾਰੀ ਮੈਂ ਦੁੱਧ ਵਾਲੀਆਂ ਸੇਵੀਆਂ ਹੁਣ ਤਾਜ਼ੀਆਂ ਬਣਾ ਕੇ ਫਰੈਸ਼ ਰੱਖੀਆਂ ਲੋਕਾਂ। ਬੇਗਮ ਸਾਹਿਬਾਂ ਨੂੰ ਮੈਂ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੈਂ ਜਿਹੜਾ ਹੈਗਾ ਨਾ ਆ ਰਿਹਾ, ਟੈਨਸ਼ਨ ਨਹੀਂ ਲੈਣੀ, ਔਰ ਕੱਲ ਹੀ ਫੋਨ ਕਰਕੇ ਦੱਸ ਦਿੱਤਾ ਸੀ ਕਿ ਮੈਂ ਅਲਹਮਦੁਲਿਲਾ ਖੈਰੀਅਤ ਨਾਲ ਪਹੁੰਚ ਗਿਆ। ਲੇਕਿਨ ਇੱਕ ਗੱਲ ਹੈ ਕਿ ਮੈਂ ਇਹ ਭੁੱਲ ਕੇ ਗਲਤੀ ਕੀਤੀ ਕਿ ਮੋਬਾਈਲ ਛੋਟਾ ਮੈਂ ਨਾ ਖੜੇ ਰੱਖ ਕੇ ਜਾਣਾ ਸੀ ਨਾ। ਮੋਬਾਈਲ ਛੋਟੇ ਦੀ ਜ਼ਰੂਰਤ ਮੈਨੂੰ ਹੈਗੀ ਵੀ ਸੀ, ਲੇਕਿਨ ਮੈਂ ਘਰ ਰੱਖ ਕੇ ਅੱਗੇ ਤੂੰ ਜਿਹੜਾ ਹੈਗਾ ਨਾ ਦੂਸਰੀ ਸਿਮ ਪਾ ਕੇ ਨਾ ਤੁਹਾਨੂੰ ਘਰ ਰੱਖ ਕੇ ਦੇ ਦਿੱਤਾ ਕਰਾਂਗਾ। ਕਿਉਂਕਿ ਘਰ ਸੋ ਮਸਲਾ ਹੁੰਦਾ ਨਾ ਕਿ ਫੋਨ ਕਰਕੇ ਕੋਈ ਟੈਨਸ਼ਨ ਪਰੇਸ਼ਾਨੀ ਹੋਵੇ ਨਾ ਤਾਂ ਬੰਦਾ ਹੱਲ ਕਰ ਲੈਂਦਾ। ਹਾਂਜੀ ਬੇਗਮ ਸਾਹਿਬਾਂ ਜੀ, ਅੱਜ ਕਮਾਲ ਕੀਤਾ। ਉਹ ਤੋਤੇ ਮੇਰੇ ਮਗਰ ਦੇ ਜਿਹੜਾ ਹੈਗਾ ਨਾ ਬੋਲਦੇ ਨੇ। ਬੇਗਮ ਸਾਹਿਬਾਂ ਕਹਿ ਰਹੀ ਕਿ ਇੱਕ ਸਰਪ੍ਰਾਈਜ਼ ਹੈ ਤੈਨੂੰ ਜਿਹੜਾ ਹੈਗਾ ਨਾ ਦਿਖਾਊਂ। ਇਹ ਵੀ ਪਿੱਛੇ ਪਿੱਛੇ ਆਈ ਜਾਂਦੇ ਨੇ ਸਾਰੇ ਟੇਣੇ ਮੇ, ਇਹ ਵੀ ਦਿਖਾਓ ਮੈਨਾਂ ਤੂੰ। ਇੱਕ ਤੇ ਕੋਈ ਨਹੀਂ ਸੀ ਨਾ ਤਾਂ ਬੱਚੇ ਹੀ ਬਸੇ ਹੋ ਗਏ ਨੇ ਕਿ ਸਾਡਾ ਫੂ ਪਾਪਾ ਕਿੱਥੇ। ਮੇਰਾ ਵੀ ਇਕੱਲੇ ਦਾ ਦਿਲ ਨਹੀਂ ਲੱਗਿਆ, ਮੈਂ ਵੀ ਜਿਹੜਾ ਹੈਗਾ ਨਾ ਬੋਰ ਹੋ ਗਿਆ ਸੀ। ਮੈਂ ਇਕੱਲਾ ਜਿਹਨੂੰ ਉੱਥੇ ਨਾ ਨਾ ਕੋਈ ਗੱਲਾਂ ਕਰਨ ਹੈ। ਤੂੰ ਘਰ ਚ ਆਇਆ ਨਾ, ਟੀਟੀ ਕੀਤੀ ਹੈ ਨਾ ਮੋਟਰਸਾਈਕਲ, ਆਦੀ ਸੋ ਰਹੇ ਉੱਠ ਗਿਆ। ਹਾਂ ਉਹਨਾਂ ਨੂੰ ਉੱਠਣਾ ਹੀ ਆ, ਉਹਨਾਂ ਨੂੰ ਪਤਾ ਹੈ ਸਾਡਾ ਪਿਓ ਆ ਗਿਆ। ਹਾਂ ਅੱਛਾ ਜੀ, ਬੇਗਮ ਸਾਹਿਬਾਂ ਨਾਲ ਸਰਪ੍ਰਾਈਜ਼ ਦਿਖਾਓ ਸੀ ਕਿ ਸਰਪ੍ਰਾਈਜ਼ ਕੀ ਹੈ। ਹਾਂਜੀ ਸਰਪ੍ਰਾਈਜ਼ ਇਹ ਹੈ ਕਿ ਇੱਥੇ ਜਿਹੜਾ ਕਚਰਾ ਪਿਆ ਸੀ ਨਾ ਉਹ ਇਹਨਾਂ ਨੇ ਨਾ ਕਾਰਾਮਦ ਕਰ ਦਿੱਤਾ। ਕਚਰਾ ਕਚਰਾ ਕਾਰਾਮਦ ਹੋ ਗਿਆ। ਕਚਰਾ ਕਿਵੇਂ ਕਾਰਾਮਦ ਹੋ ਗਿਆ? ਉੱਤੇ ਬਣਾ ਤਾ ਇਹਨਾਂ ਛੱਪਰ, ਉਹ ਥੱਲੇ ਮਸ਼ੀਨ ਰੱਖ ਦਿੱਤੀ। ਹਾਂ ਆਪਾਂ ਅਗਲੀ ਹਰ ਛੱਡ ਡਾਵਣ ਨੂੰ ਫਿਰਨੇ ਆ। ਸੁਬੋ ਦਿਖਾਵਾਂਗੇ, ਚੱਲ ਆ ਜਾ ਦੇਖੋ ਨਾ, ਸੁਬੋ ਪਤਾ ਲੱਗੇਗਾ ਸਹੀ। ਹਾਂਜੀ ਚੱਲ ਆ ਜਾ, ਚਾਹ ਲਵਾਂ ਸੱਤੀ ਖੁਸ਼ੀ। ਚਲੋ ਜੀ ਰੋਟੀ ਵਗੈਰਾ ਖਾਂਦੇ ਆ। ਤੇ ਸ਼ੌਕੀ ਦੀ ਸੁਣਾ, ਠੀਕ ਹੈ ਨਾ? ਮਾਜੀ ਮੁਜ ਹਾਂ, ਦੋ ਦਿਨ ਕੋਈ ਨਹੀਂ ਸੀ ਨਾ ਪੁੱਛਣਾ ਤਾਂ ਜਿਹੜਾ ਹੈਗਾ ਨਾ ਫਿਰ ਮੇਰਾ ਬਣਦਾ। ਪੂਰੀ ਦੁਨੀਆ ਬੰਦਾ ਫੇਰ ਲਵੇ, ਸਕੂਨ ਜਿਹੜਾ ਹੈਗਾ ਨਾ ਘਰ ਆ ਕੇ ਹੀ ਮਿਲਦਾ। ਪਤਾ ਨਹੀਂ ਕੀ ਚੱਕਰ ਹੈ, ਨਾ ਕਰੋ ਸਿਨ ਤੰਗ ਨਾ ਕਰ। ਇਹ ਆ ਗਈ ਜੀ ਮੇਰੀ ਰੋਟੀ, ਤੰਦੂਰ ਦੀ ਰੋਟੀ ਨਹੀਂ, ਤਵੇ ਦੀ ਰੋਟੀ। ਆਲੂ ਗੋਸ਼ਤ ਦਾ ਸਾਲਣ ਹੈ, ਤਵੇ ਦੀ ਰੋਟੀ ਕਿਉਂ ਪਕਾਈ? ਬਸ ਮੈਂ ਕਰ ਤੇਰਾ ਪਤਾ ਕੋਈ ਦਿਨ ਬਾਅਦ ਵਿੱਚ ਪਤਾ ਲੱਗਾ ਨਾ ਤੂੰ ਆਣਾ। ਅੱਛਾ ਫਿਰ ਬਾਅਦ ਵਿੱਚ ਪਕਾਈ, ਰੋਟੀਆਂ ਬਣਾ ਲਈਆਂ ਸੀ ਨਾ। ਅੱਛਾ ਅੱਛਾ ਅੱਛਾ, ਤੈਨੂੰ ਪਤਾ ਕੋਈ ਨਹੀਂ ਮੈਂ ਆਉਣਾ, ਮੈਂ ਸਾਰੀ ਜ਼ਿੰਦਗੀ ਬਾਹਰ ਹੀ ਰਹਿਣਾ। ਅੱਛਾ ਇਹਦਾ ਮਤਲਬ ਹੈ ਤੁਸੀਂ ਖੁਸ਼ ਹੈ? ਫਿਰ ਪਕਾਈ ਤੇ ਫਿਰ ਰੋਟੀ ਕੁੜ ਜੀ, ਮੈਂ ਦੱਸਿਆ ਸੀ ਲੇਕਿਨ ਥੋੜ੍ਹਾ ਜਿਹਾ ਡੇਟ ਦੱਸਿਆ ਸੀ ਕਿ ਮੈਂ ਜਿਹੜਾ ਹੈਗਾ ਆ ਰਿਹਾ। ਰੋਟੀ ਖਾਂਦੇ ਹਾਂ ਔਰ ਵਲਾਗ ਕਰਦੇ ਹਾਂ ਖਤਮ, ਇਨਸ਼ਾਅੱਲਾ ਜੀ ਕੱਲ੍ਹ ਮੁਲਾਕਾਤ ਹੁੰਦੀ ਆ। ਅੱਜ ਨਾ ਵੈਸੇ ਤੁਹਾਨੂੰ ਆਪਣੇ ਦੋਸਤ ਨੇ ਮਿਲਾ ਦਿੱਤਾ, ਮੈਨੂੰ ਇੱਕ ਦੋ ਹੋਰ ਕੰਮ ਸੀ, ਉਹ ਵਾਲੇ ਪਰਸਨਲ ਕੰਮ ਸੀ, ਉਹ ਵਾਲੇ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਨਹੀਂ ਦੱਸਦਾ। ਇਹ ਨਹੀਂ ਸੋਚਣਾ ਕਿ ਮੈਂ ਕੋਈ ਕਿਸੇ ਦੇ ਖਿਲਾਫ ਪਰਚਾ ਪੁਰਚਾ ਕਰਾਵਣ ਗਿਆ ਸੀ, ਕੋਈ ਗੱਲ ਨਹੀਂ, ਮੈਨੂੰ ਆਪਣੇ ਕੋਈ ਜ਼ਰੂਰੀ ਕੰਮ ਸੀ। ਅਤੇ ਉਹ ਜਿਹੜਾ ਹੈਗਾ ਨਾ ਸਮਝੋ ਕਿ ਅਲਹਮਦੁਲਿਲਾ ਹੱਲ ਹੋ ਗਿਆ, ਲੇਕਿਨ ਜਿਹੜਾ ਹੈਗਾ ਨਾ ਥੋੜ੍ਹਾ ਜਿਹਾ ਪੈਸੇ ਫਿਰ ਜਿਹੜੇ ਹੈਗੇ ਨਾ ਲੱਗਦੇ ਨੇ, ਕੋਈ ਬੰਦਾ ਕੰਮ ਕਰਾਉਂਦਾ ਨਾ ਪੈਸੇ ਤਾਂ ਜਿਹੜੇ ਲੱਗਦੇ ਨੇ। ਅਤੇ ਅੱਲਾ ਖੈਰ ਕਰੇਗਾ, ਇਨਸ਼ਾਅੱਲਾ ਹੁੰਦੀ ਜੀ ਕੱਲ੍ਹ ਮੁਲਾਕਾਤ। ਖੁਦਾ ਹਾਫਿਜ਼, ਸਲਾਮੀ ਗੇਮਾਨ। ਅੱਜ ਨਾ ਮੈਂ ਦੋਸਤ ਨੂੰ ਇਸ ਕਰਕੇ ਮਿਲਾਇਆ ਕਿਉਂਕਿ ਪਿਛਲੀ ਦਫ਼ਾ ਹੀ ਮੈਂ ਨਾ ਗਿਆ ਸੀ ਨਾ, ਅਤੇ ਮੈਂ ਕਹਿ ਰਿਹਾ ਸੀ ਕਿ ਮੈਂ ਦੋਸਤ ਨੂੰ ਮਿਲਣ ਜਾਊਂਗਾ, ਅਤੇ ਮਿਲਿਆ ਅਤੇ ਵਿਖਾਇਆ ਕੋਈ ਨਹੀਂ ਸੀ ਕਿ ਮੈਂ ਇੱਥੇ ਗਿਆ ਹਾਂ। ਅਤੇ ਕਾਫੀ ਸਾਰੇ ਮੈਨੂੰ ਕਮੈਂਟ ਸੀ ਕਿ ਨਵਾਜ਼ ਬਈ ਤੁਸੀਂ ਜਿਹੜਾ ਹੈਗਾ ਨਾ ਐਵੇਂ ਕਹਿ ਰਹੇ ਹੋ, ਕਿਹੜੇ ਦੋਸਤ ਨੂੰ ਮਿਲੇ ਹੋ, ਸਾਨੂੰ ਦਿਖਾਇਆ ਨਹੀਂ, ਉਹ ਫਿਰ ਨਾ ਕਾਫੀ ਸਾਰਾ ਇਹ ਰੋਲਾ। ਅਤੇ ਨਾਲੇ ਮੈਂ ਵੀਡੀਓ ਜ਼ਿਆਦਾ ਇਸ ਕਰਕੇ ਬਣਾਇਆ ਕਿ ਮੈਂ ਬੇਗਮ ਸਾਹਿਬਾਂ ਵੀ ਜਿਹੜਾ ਹੈਗਾ ਨਾ ਸ਼ੱਕ ਕਰਦੀ ਆ ਕਿਹੜੇ ਦੋਸਤ ਨੂੰ ਮਿਲਿਆ ਜਾਂ ਉਹਨਾਂ ਪਰ ਕਿਤੇ
ਬੇਗਮ ਸਾਹਿਬਾ ਇਹਨਾਂ ਜਿਹੜਾ ਹੈਗਾ ਨਾ ਉਹ ਸਮਝੀ ਖੜੀ ਪਤਾ ਨਹੀਂ ਕਿਹੜੇ ਦੋਸਤ ਨੂੰ ਜਿਹੜਾ ਹੈਗਾ ਮਿਲਣ ਜਾਂਦਾ ਹੈ ਕੀ ਹੈ। ਹਾਂ ਤੇ ਮੈਂ ਇਸੇ ਕਰਕੇ ਜਿਹੜਾ ਹੈਗਾ ਨਾ ਇਹਨੂੰ ਵੀ ਦਿਆਕ ਵਿਖਾਇਆ ਮੈਂ ਕਿ ਵਾਕਈ ਮੈਂ ਦੋਸਤ ਨੂੰ ਮਿਲਣ ਗਿਆ ਸੀ ਮੈਂ ਹੋਰ ਕਿਸੇ ਪਾਸੇ ਨਹੀਂ ਗਿਆ ਤੇ ਬਾਕੀ ਅੱਜ ਦਾ ਵਲੌਗ ਖਤਮ ਹੋ ਗਿਆ। ਹਾਂ ਸ਼ੱਕ ਖਤਮ ਹੋ ਗਿਆ ਕਿਉਂਕਿ ਬੇਗਮ ਸਾਹਿਬਾ ਕਿਉਂਕਿ ਦੱਸੀਏ ਜਾਂ ਨਾ ਦੱਸੀਏ ਸਮਾਣੀਆਂ ਦੀ ਜਿਹੜਾ ਹੈਗਾ ਨਾ ਸਮਝ ਲਓ ਕਿ ਸ਼ੱਕ ਜਿਹੜੀ ਸਮਾਣੀ ਮਰਤ ਸ਼ੱਕ ਰਹਿਣਾ ਇਵੇਂ ਸਮਝ ਲਓ ਕਿ ਉਹ ਪਿਆਰ ਕਰਦੀ ਹੁੰਦੀ ਸ਼ੱਕ ਵਾਲੀ ਗੱਲ ਨਹੀਂ ਹੁੰਦੀ ਤੇਰਾ ਬਰਮ ਰੱਖ ਰਿਹਾ ਤੇਰਾ ਬਰਮ ਰੱਖਦਾ ਪਿਆ। ਚਲੋ ਜੀ ਇਨਸ਼ਾਅੱਲਾ ਕੱਲ੍ਹ ਮੁਲਾਕਾਤ ਹੁੰਦੀ ਜੀ ਖੁਦਾ ਹਾਫਿਜ਼ ਸਰਨੀ ਕੇ ਬਾਅਦ।